ਸੂਬੇ ਵਿੱਚ ਗੈਂਗਸਟਰਾਂ ਨੂੰ ਜੜ ਤੋਂ ਖਤਮ ਕਰਨ ਲਈ ਅਜੇ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਨੇ ਇੱਕ ਨਾਮੀ ਗੈਂਗਸਟਰ ਦਾ ਐਨਕਾਊਂਟਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਸੀ। ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਕਪੂਰਥਲਾ ਪੁਲਿਸ ਨੇ ਰਾਜ ਵਿੱਚ ਸਰਗਰਮ ਮਰ ਚੁੱਕੇ ਗੈਂਗਸਟਰ ਸੁੱਖਾ ਕਾਲਵਾਂ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਗੈਂਗਸਟਰ ਸੰਦੀਪ ਸਿੰਘ ਉਰਫ ਸੋਨੂ ਨੂੰ ਗ੍ਰਿਫਤਾਰ ਕੀਤਾ। ਗੈਂਗਸਟਰ ਸੰਦੀਪ ਸਿੰਘ ਖਿਲਾਫ ਵੱਖ ਵੱਖ ਜ਼ਿਲ੍ਹਿਆਂ ਵਿੱਚ ਹਥਿਆਰਾਂ ਦੇ ਨਾਲ ਲੁੱਟ, ਸੁਪਾਰੀ ਲੈ ਕੇ ਲੜਾਈ ਝਗੜੇ ਕਰਨਾ, ਕਬਜ਼ੇ ਕਰਵਾਉਣ ਅਤੇ ਮਰ ਚੁੱਕੇ ਸੁੱਖਾ ਕਾਲਵਾਂ ਦਾ ਸਾਥੀ ਬਣ ਕੇ 2010 ਵਿੱਚ ਲਵਲੀ ਬਾਬੇ ਦੇ ਕਤਲ ਕਰਨ ਵਿੱਚ ਕੁੱਲ 7 ਅਪਰਾਧਿਕ ਮਾਮਲੇ ਦਰਜ ਨੇ, ਜੋ 5 ਸਾਲ ਦੇ ਕਰੀਬ ਜੇਲ੍ਹ ਦੀ ਸਜ਼ਾ ਵੀ ਕੱਟ ਚੁੱਕਿਆ। ਜ਼ਿਕਰਯੋਗ ਹੈ ਕਿ ਗੈਂਗਸਟਰ ਸੰਦੀਪ ਸਿੰਘ ਇੱਕ ਵਧੀਆ ਕਬੱਡੀ ਖਿਡਾਰੀ ਹੋਣ ਦੇ ਨਾਲ ਨਾਲ ਇੰਗਲੈਂਡ ਦਾ ਸਿਟੀਜ਼ਨ ਵੀ ਹੈ, ਜੋ 2008 ਦੇ ਬਾਅਦ ਵਿਦੇਸ਼ ਨਹੀਂ ਜਾ ਸਕਿਆ। ਜਾਣਕਾਰੀ ਦੇਣ ਦੇ ਲਈ SSP ਸੰਦੀਪ ਸ਼ਰਮਾ ਨੇ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ। ਸਰ, ਕੀ ਹਿਸਟਰੀ ਹੈ ਇਸ ਅੱਜ ਦੇ ਜੇਲ੍ਹ ਦੀ? ਇਹ ਸੰਦੀਪ ਸਿੰਘ ਸੋਨੂ ਹੈ ਜੀ, ਇਹ ਸੁੱਖਾ ਕਾਲਵਾਂ ਗੈਂਗ ਦਾ ਮੈਂਬਰ ਹੈ। ਸੁੱਖਾ ਕਾਲਵਾਂ ਦਾ ਰਾਈਟ ਹੈਂਡ ਮੈਨ ਦੱਸਿਆ ਜਾਂਦਾ ਸੀ ਕਿਸੇ ਟਾਈਮ 'ਤੇ। ਇਹਦੇ 'ਤੇ 7 ਮੁਕੱਦਮੇ ਦਰਜ ਨੇ ਲੜਾਈ ਝਗੜਿਆਂ ਦੇ ਐਂਡ ਮਾਰਨੇ ਨੀਅਤ ਨਾਲ ਹਮਲੇ ਕਰਨ 'ਤੇ। ਇਹਨੇ ਲਵਲੀ ਬਾਬੇ ਦੇ ਕਤਲ ਦੇ ਕੇਸ ਵਿੱਚ ਵੀ ਇਹ ਸ਼ਾਮਿਲ ਸੀਗਾ ਔਰ ਇਹ 4.5 ਸਾਲ ਜੇਲ੍ਹ ਦੇ ਵਿੱਚ ਵੀ ਰਿਹਾ ਔਰ ਸਾਡੇ ਕੋਲ ਇਨਫੋਰਮੇਸ਼ਨ ਸੀਗੀ। ਅਸੀਂ ਇਹਨੂੰ ਲਿਆ ਕੇ ਪੁੱਛਗਿੱਛ ਕੀਤੀ ਅਤੇ ਉਹਦੇ ਤੋਂ ਸਾਨੂੰ ਇੱਕ 38 ਬੋਰ ਦਾ ਦੇਸੀ ਵੈਪਨ ਰਿਕਵਰ ਹੋਇਆ, ਰਿਵਾਲਵਰ ਰਿਕਵਰ ਹੋਇਆ, ਨਾਲ 5 ਲਾਈਫ ਪਾਰਟ। ਐਸ ਸੱਚ ਕਪੂਰਥਲਾ ਦੇ ਵਿੱਚ ਕੋਈ ਗੈਂਗਸਟਰ ਨਹੀਂ ਹੈਗੇ ਹੈ, ਲੇਕਿਨ ਸਾਡਾ ਕਿਉਂਕਿ ਜ਼ਿਲ੍ਹਾ ਜਿਹੜਾ ਸੈਂਟਰਲ ਹੈ ਵੀ ਫਗਵਾੜਾ ਅਤੇ ਸੁਭਾਨਪੁਰ ਟਿਲਮਾ ਹਾਈਵੇ 'ਤੇ ਹੋਣ ਕਰਕੇ ਬਹੁਤ ਸਾਰੇ ਗੈਂਗਸਟਰ ਸਾਡੇ ਏਰੀਏ 'ਚੋਂ ਪਾਸ ਕਰਦੇ, ਜਿਹਦੇ ਕਰਕੇ ਸਾਨੂੰ ਉਹਨਾਂ ਦੇ ਉੱਤੇ ਜ਼ਿਆਦਾ ਨਿਗਰਾਨੀ ਦੇਣੀ ਪੈਂਦੀ ਹੈ ਔਰ ਜਿਹੜਾ ਕੋਈ ਇੱਥੇ ਲੰਘਦਾ ਲੰਘਦਾ ਵਾਰਦਾਤ ਨਾ ਕਰ ਜਾਏ, ਇਸ ਚੀਜ਼ ਦੇ ਉੱਤੇ ਅਸੀਂ ਉਹ ਜ਼ਿਆਦਾ ਇਹਦੇ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਜੀ ਕਿ ਇਹਦੇ ਕੋਲ ਵੈਪਨ ਹੈਗੇ ਔਰ ਇਹ ਕੋਈ ਵਾਰਦਾਤ ਕਰਨ ਦੀ ਨੀਅਤ ਰੱਖ ਰਿਹਾ ਇਸ ਵੇਲੇ ਔਰ ਜਿਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਪਤਾ ਚੱਲ ਰਹੇ ਹੈ, 2 ਗੈਂਗਸਟਰ ਪੁਲਿਸ ਦੇ ਨਾਲ ਐਨਕਾਊਂਟਰ 'ਚ ਮਾਰੇ ਗਏ ਸੀ ਰਾਜਸਥਾਨ ਦੇ ਵਿੱਚ ਔਰ ਬਾਕੀ ਹਾਲੇ ਉਹਨਾਂ ਦੇ ਸਾਥੀ ਕਈ ਬਾਹਰ ਨੇ, ਸਾਨੂੰ ਸੀਗਾ ਕਿ ਕਿਸੇ ਨਾਲ ਐਸੋਸੀਏਟ ਹੋ ਕੇ ਕੋਈ ਗੈਂਗ ਅਪ ਹੋ ਕੇ ਕੋਈ ਵਾਰਦਾਤ ਕਰਨ ਇਸ ਤੋਂ ਪਹਿਲਾਂ ਉਹਨੂੰ ਰੋਕਿਆ ਜਾਏ, ਤਾਂ ਇਸ ਲਈ ਇਹਨੂੰ ਅਸੀਂ ਪਕੜਨ ਦੀ ਤਰਜੀਹ ਕਰ ਰਹੇ ਸੀ, ਲੇਕਿਨ ਹੁਸ਼ਿਆਰਪੁਰ ਪੁਲਿਸ ਨੇ 3-4 ਦਿਨ ਪਹਿਲਾਂ ਹੀ ਇਹਨੂੰ ਅਰੈਸਟ ਕੀਤਾ ਅਤੇ ਤਾਂ ਅਸੀਂ ਇਹਨੂੰ ਪ੍ਰੋਡਕਸ਼ਨ ਮੰਟਰ ਲਿਆ ਕੇ ਪੁੱਛਗਿੱਛ ਕੀਤੀ। ਤਾਂ ਇਹਦੀ ਹਾਲੇ ਤੱਕ ਕੋਈ ਖਾਸ ਇਸ ਤਰ੍ਹਾਂ ਨੋਟਿਸ ਨਹੀਂ, ਪਰ ਇਹਦੇ ਸਾਥੀਆਂ ਦੀ ਡੈਫੀਨੇਟਲੀ ਕੁਛ ਨਾ ਕੁਛ ਚੱਲਦਾ ਰਹਿੰਦਾ, ਪਰ ਸਾਡੇ ਸੋਸ਼ਲ ਮੀਡੀਆ ਗਰੁੱਪ ਵਾਲੇ ਉਹਨੂੰ ਵਾਚ ਕਰਦੇ ਆ, ਕੋਈ ਵੀ ਕੋਈ ਨੋਟਿਸ ਲਿਆਉਂਦੇ ਆ ਅਕੋਰਡਿੰਗ। ਕਪੂਰਥਲਾ ਤੋਂ ਇੰਦਰਜੀਤ ਸਿੰਘ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।